जिला फतेहगढ़ साहिब वालों खन्ना विखे पावरलिफ्टिंग अते बेंच प्रेस चैंपियनशिप दा आयोजन किया गया, जिस विच खन्ना फतेहगढ़ साहिब मंडी गोबिंदगढ़ अमलो बस्सी तो वख-वख टीमां ने भाग लिया। इस मुकाबले विच 70 लड़कियां अते 20 लड़कियां ने भाग लिया। जनरल सैकटरी हरविनय भारद्वाज ने दसिया कि असी समय समय से इस तरह के मुकाबले करवाते रहते हाँ, जिस विच 1993 तो लैके हुण तक दे 40 दे करीब मुकाबले करवा चुके हाँ। ਉਹਨਾਂ ਕਿਹਾ ਕਿ ਜਿੱਥੇ ਅੱਜਕੱਲ ਦੀ ਨੌਜਵਾਨ ਪੀੜ੍ਹੀ ਨਸ਼ਿਆਂ ਵੱਲ ਵੱਧ ਰਹੀ ਏ, ਉੱਥੇ ਇਸ ਤਰ੍ਹਾਂ ਦੇ ਮੁਕਾਬਲਿਆਂ ਨਾਲ ਨੌਜਵਾਨਾਂ ਦਾ ਧਿਆਨ ਨਸ਼ਿਆਂ ਤੋਂ ਹਟ ਕੇ ਖੇਡਾਂ ਵੱਲ ਵਧੇਗਾ। ਖਿਡਾਰੀਆਂ ਨੇ ਗੱਲਬਾਤ ਦੌਰਾਨ ਕਿਹਾ ਕਿ ਹਰ ਲੜਕੀ ਤੇ ਲੜਕੇ ਨੂੰ ਇਸ ਮੁਕਾਬਲੇ ਵਿੱਚ ਹਿੱਸਾ ਲੈਣਾ ਚਾਹੀਦਾ ਏ। ਪ੍ਰਬੰਧਕਾਂ ਦਾ ਕਹਿਣਾ ਹੈ ਕਿ ਇਸ ਮੁਕਾਬਲੇ ਵਿੱਚ ਛੋਟੇ ਬੱਚਿਆਂ ਤੋਂ ਲੈ ਕੇ ਉਮਰ ਦਰਾਜ ਲੋਕਾਂ ਨੇ ਵੀ ਹਿੱਸਾ ਲਿਆ। ਡਿਸਟ੍ਰਿਕਟ ਫਤਿਹਗੜ੍ਹ ਪਾਵਰਲਿਫਟਿੰਗ ਐਸੋਸੀਏਸ਼ਨ ਦੇ ਸੈਕਟਰੀ ਵੱਲੋਂ ਮੈਂ ਹਰਵਿਨੇ ਭਾਰਦਵਾਜ, ਇਹ ਡਿਸਟ੍ਰਿਕਟ ਫਤਿਹਗੜ੍ਹ ਦੇ ਜਿਹੜੇ ਸ਼ਹਿਰ ਹੈ ਸਰਹੰਦ, ਗੋਬਿੰਦਗੜ੍ਹ, ਫਤਿਹਗੜ੍ਹ ਸਾਹਿਬ, ਬਸੀ ਤੇ ਮਲੋਹ ਤੋਂ ਟੀਮਾਂ ਆਈਆਂ ਨੇ ਜੀ। ਤੇ ਕਿੰਨੇ ਕੇ ਦੇ ਵਿੱਚ ਜਿਹੜੇ ਹੈਗੇ ਆ ਲੜਕਿਆਂ ਨੇ ਪਾਰਟਿਸਪੇਟ ਕਰਿਆ? ਤਕਰੀਬਨ 70 ਲੜਕਿਆਂ ਨੇ ਤੇ 20 ਵੂਮੈਨ। ਇਹ ਪਹਿਲੀ ਵਾਰੀ ਇੱਥੇ ਖੰਨਾ 'ਚ ਕਰਾਇਆ ਗਿਆ ਜਾਂ ਇਸ ਤੋਂ ਪਹਿਲਾਂ ਵੀ ਤੁਸੀਂ ਕਰਵਾਏ? ਪਹਿਲਾਂ ਵੀ ਕਰਵਾ ਚੁੱਕੇ ਹਾਂ ਜੀ। ਠੀਕ ਹੈ। ਉਹ ਕਿੰਨੇ ਕੁ ਵਾਰੀ ਤੁਸੀਂ ਕਰਵਾ ਚੁੱਕੇ ਹੋ ਸਰ? ਮੈਂ ਤਕਰੀਬਨ 1993 ਤੋਂ ਸੈਕਟਰੀ ਬਣਿਆ ਹੋਇਆ ਜੀ। 1993 ਤੋਂ ਲੈ ਕੇ 2021 ਤੱਕ ਤਕਰੀਬਨ 40 ਕੰਪੀਟੀਸ਼ਨ ਮੈਂ ਡਿਸਟ੍ਰਿਕਟ ਦੇ ਅਤੇ ਸਟੇਟ ਦੇ, ਪੰਜਾਬ ਸਟੇਟ ਦੇ ਕਰਵਾ ਚੁੱਕੇ। ਮੈਂ ਇਹ ਚਾਹੁੰਦਾ, ਮੇਰੀ ਇਹ ਸ਼ੁਰੂ ਤੋਂ ਲੱਗੀ ਰਹੀ ਹੈ, ਮੈਂ 80 ਤੋਂ ਇਹ ਗੇਮ ਕਰ ਰਿਹਾ ਜੀ। ਮੈਂ ਤਕਰੀਬਨ ਮੇਰੇ 12 ਸਟੂਡੈਂਟ ਇੰਟਰਨੈਸ਼ਨਲ ਹੈ, ਜਿਹਦੇ ਵਿੱਚੋਂ 10 ਸਟੂਡੈਂਟ ਮੇਰੇ ਪੰਜਾਬ ਪੁਲਿਸ 'ਚ ਆਏ ਜੀ, SP ਰੈਂਕ ਤੱਕ 2, ਔਰ ਬਾਕੀ ਅਦਰ ਕਾਂਸਟੇਬਲ, ਹੌਲਦਾਰ। ਔਰ ਮੈਂ ਜ਼ਿਆਦਾ ਤੋਂ ਜ਼ਿਆਦਾ ਆਪਣੇ ਵੱਲੋਂ ਉਹਨਾਂ ਨੂੰ ਐਫਰਟਸ ਕਰਾਉਣਾ, ਗੇਮ ਕਰਾਉਣਾ। ਸੋ ਹੁਣ ਵੀ ਮੇਰੇ 2 ਲੜਕੇ ਨੈਸ਼ਨਲ ਜਾ ਰਹੇ ਹੈ, ਜੂਨੀਅਰ ਸੀਨੀਅਰ ਖੇਲਣ ਗਾਜ਼ੀਪੁਰ। ਕੰਪੀਟੀਸ਼ਨ ਜਿਹੜਾ ਹੋ ਰਿਹਾ ਹੈ ਕਿ 14 ਤੋਂ 21 ਤਰੀਕ ਤੱਕ ਗਾਜ਼ੀਪੁਰ 'ਚ। ਮੈਡਮ ਕੀ ਨਾਮ ਹੈ ਜੀ ਤੁਹਾਡਾ? ਜੋਤੀ ਜੀ, ਅੱਜ ਜਿਹੜਾ ਹੈਗਾ ਪਾਵਰ ਲਿਫਟਿੰਗ ਦਾ ਜਿਹੜਾ ਖੰਨਾ ਵਿੱਚ ਪ੍ਰੋਗਰਾਮ ਕੀਤਾ ਜਾ ਰਿਹਾ, ਕੀ ਕਹਿਣਾ ਤੁਸੀਂ? ਪਹਿਲੀ ਵਾਰੀ ਇਹਦੇ 'ਚ ਆਇਓ ਜਾਂ ਪਹਿਲਾਂ ਵੀ ਇਸ ਤੋਂ ਇਲਾਵਾ ਤੁਸੀਂ ਕੰਪੀਟੀਸ਼ਨ? ਕਿਵੇਂ ਦਾ ਲੱਗ ਰਿਹਾ ਤੁਹਾਨੂੰ? ਬਹੁਤ ਅੱਛਾ ਲੱਗਾ ਕਿ ਜਿੱਦਾਂ ਕਿ ਲੜਕੀਆਂ ਇਸ ਜਿਹੜੇ ਹੈਗੇ ਆ ਪਾਵਰ ਲਿਫਟਿੰਗ ਜਾਂ ਹੋਰ ਗੇਮਾਂ 'ਚ ਜਾਣ ਤੋਂ ਝਿਜਕਦੀਆਂ ਨੇ, ਤੇ ਕੀ ਕਹੋਗੇ ਤੁਸੀਂ ਉਹਨਾਂ ਨੂੰ? ਇਸ ਤੋਂ ਬਾਅਦ ਵੀ ਤੁਸੀਂ ਜਿਹੜੇ ਹੈਗੇ ਕੰਪੀਟੀਸ਼ਨ ਹੋਰ ਅੱਗੇ ਜੇ ਕਿਸੇ ਡਿਸਟ੍ਰਿਕਟ ਹੋਣਗੇ ਤੁਸੀਂ ਜਾਓਗੇ ਉੱਥੇ? ਫੈਮਿਲੀ ਦੀ ਪੂਰੀ ਸਪੋਰਟ ਹੈ ਤੁਹਾਡੀ? ਠੀਕ। ਇਹ ਜੀ ਇਹ ਫਤਿਹਗੜ੍ਹ ਡਿਸਟ੍ਰਿਕਟ ਦਾ ਜ਼ਿਲ੍ਹਾ ਪੱਧਰੀ ਪ੍ਰੋਗਰਾਮ ਹੋ ਰਿਹਾ ਹੈ, ਅਤੇ ਇਹਦੇ ਵਿੱਚ ਮੈਂ ਵੀ ਐਜ਼ ਏ ਮਾਸਟਰ ਵਨ ਦੇ ਵਿੱਚ ਪਾਰਟੀਸਪੇਟ ਕਰਾਇਆ, ਅਤੇ ਮੈਨੂੰ ਪਾਰਟੀਸਪੇਟ ਕਰਕੇ ਅਤੇ ਮੈਂ ਆਪਣੇ ਜਿੰਮ ਦੇ 15 ਬੱਚੇ ਵੀ ਇਹਦੇ ਵਿੱਚ ਪਾਰਟੀਸਪੇਟ ਕਰਾਏ ਨੇ, ਅਤੇ ਹੋਰ ਵੱਖ ਵੱਖ ਜਿੰਮਾਂ ਤੋਂ, ਸ਼ਹਿਰਾਂ ਤੋਂ ਮੇਰੇ ਪਾਰਟੀਸਪੇਟ ਬੱਚੇ ਆਏ ਹੈ, ਅਤੇ ਬਹੁਤ ਵਧੀਆ ਉਪਰਾਲਾ ਕਰ ਰਹੇ ਸਾਡੇ ਕੋਚ ਸਾਹਿਬ ਹਰਵਿਨੇ ਭਾਰਦਵਾਜ ਜੀ, ਅਤੇ ਬੜਾ ਅੱਛਾ ਲੱਗ ਰਿਹਾ। ਬੇਸਿਕਲੀ ਕੋਚ ਸਾਹਿਬ ਸਾਡੇ ਲਾਸਟ 40 ਈਅਰਸ ਤੋਂ ਥੰਨੇ ਦੇ ਵਿੱਚੋਂ ਅਤੇ ਇਸ ਏਰੀਏ ਦੇ ਵਿੱਚੋਂ ਲੋਕਲ ਲੈਵਲ ਤੋਂ ਇੰਟਰਨੈਸ਼ਨਲ ਪਲੇਅਰ ਇਹਨਾਂ ਨੇ ਦਿੱਤੇ ਨੇ, ਅਤੇ ਇਹਨਾਂ ਦੇ ਸਦਕੇ ਹੀ ਹਰ ਸਾਲ ਇਹ ਟੂਰਨਾਮੈਂਟਸ ਹੁੰਦੇ ਨੇ, ਜਿਸ ਦੇ ਪ੍ਰੈਜ਼ੀਡੈਂਟ ਵੀ ਨੇ, ਅਤੇ ਸਾਰੇ ਯੁਵਾ ਵਰਗ ਨੂੰ ਇੱਥੇ ਅਸੀਂ ਦੇਖ ਰਹੇ ਹਾਂ ਵੀ 14-15 ਸਾਲ ਤੋਂ ਬੱਚੇ ਬੱਚੀਆਂ ਤੋਂ ਲੈ ਕੇ 70 ਸਾਲ ਦੇ ਬਜ਼ੁਰਗ ਵੀ ਡਿਫਰੈਂਟ ਈਵੈਂਟਸ ਦੇ ਵਿੱਚ, ਵੇਟ ਕੈਟਾਗਰੀਜ਼ ਦੇ ਵਿੱਚ ਪਾਰਟੀਸਪੇਟ ਕਰ ਰਹੇ ਨੇ, ਅਤੇ ਇਹਦਾ ਸਾਰਾ ਦਾ ਸਾਰਾ ਕੰਟਰੀਬਿਊਟ ਸਾਡੇ ਕੋਚ ਸਾਹਿਬ ਨੂੰ ਜਾਂਦਾ ਹੈ, ਜਿਨ੍ਹਾਂ ਨੇ ਬਹੁਤ ਐਫਰਟਸ ਕਰਦੇ ਨੇ। ਕੋਈ ਦੀਵਾਲੀ, ਕੋਈ ਦੁਸਹਿਰਾ ਹੋਵੇ, ਕੋਈ ਛੁੱਟੀ ਨਹੀਂ ਹੈ, ਇਹਨਾਂ ਨੇ ਮਾਰਨਿੰਗ 'ਚ ਆਪਣਾ 5 o'clock ਉਰੇ ਪਹੁੰਚਣਾ, ਔਰ ਰਾਤ ਨੂੰ ਇਹਨਾਂ ਦੀ 9 ਵਜੇ ਤੱਕ ਡਿਊਟੀ ਹੁੰਦੀ ਹੈ। ਡਾਇਰੈਕਟਲੀ ਇਨਡਾਇਰੈਕਟਲੀ ਗਵਰਨਮੈਂਟ ਦੀ ਪੂਰੀ ਐਸੋਸੀਏਸ਼ਨ ਹੈ, ਪੰਜਾਬ ਗਵਰਨਮੈਂਟ ਵੱਲੋਂ ਅਪਰੂਵਡ ਹੈ, ਡਿਸਟ੍ਰਿਕਟ ਫਤਿਹਗੜ੍ਹ ਸਾਹਿਬ ਵੱਲੋਂ ਅਪਰੂਵਡ ਹੈ, ਅਤੇ ਉਹਨਾਂ ਦੀ ਕੰਟਰੀਬਿਊਸ਼ਨ ਦੇ ਨਾਲ ਹੀ ਕੋਚ ਸਾਹਿਬ ਉਹਨਾਂ ਨੂੰ ਸੈਕਟਰੀ ਬਣਾਇਆ, ਪ੍ਰੈਜ਼ੀਡੈਂਟ ਨੇ, ਅਤੇ ਸਾਰਾ ਇਹ ਇਵੈਂਟਸ ਆਰਗੇਨਾਈਜ਼ ਕਰ ਰਹੇ ਹਨ। ਸਫ਼ਰ ਟੀਵੀ ਲਈ ਦਲਵੀਰ ਪੰਦੇਰ, ਖੰਨਾ।